देश दुनिया की हर वड्डी खबर लई हुणे डाउनलोड करो नंबर 1 न्यूज़ ऐप दैनिक सवेरा टाइम्स। नवे खेती कानूनों के खिलाफ लगातार आम जनता का गुस्सा जोड़ा है वह शिखर से पहुँचता जा रहा है। तुम देख सकते हो मेरे पिछले स्टूडेंट विंग जोड़े कि बड़ी गिनती सड़क से उतरे हुए हैं और लगातार किसानों की हिमायत आवाज़ बुलंद की जा रही है। स्टूडेंट्स ने गलबात करा मैडम किस कॉलेज के स्टूडेंट हो और जरा मार्च कर रहे हो बारे की ਸਤਿ ਸ਼੍ਰੀ ਅਕਾਲ ਵੀ ਆਰ ਫਰਮ ਖਾਲਸਾ ਕਾਲਜ ਐਂਡ ਯੂਨੀਵਰਸਿਟੀ ਦੇ ਵੀ ਸਟੂਡੈਂਟਸ ਨੇ ਐਂਡ ਕਾਮਨ ਲੋਕ ਵੀ ਨੇ ਸਿਰਫ ਸਟੂਡੈਂਟਸ ਨਹੀਂ ਨੇ ਐਵਰੀ ਵਨ ਇਜ਼ ਹੇਅਰ ਬਿਕੋਜ਼ ਵੀ ਆਲ ਆਰ ਅਗੇਂਸਟ ਦ ਨਿਊ ਫਾਰਮ ਲਾਸ ਐਂਡ ਵੀ ਡੋਂਟ ਵਾਂਟ ਦ ਗਵਰਨਮੈਂਟ ਟੂ ਹੋਲਡ ਦੈਮ ਵੀ ਵਾਂਟ ਦ ਗਵਰਨਮੈਂਟ ਟੂ ਰਿਪੀਲ ਦੈਮ ਬਿਕੋਜ਼ ਸੋ ਮੈਨੀ ਆਫ ਆਰ ਪੀਪਲ ਹੈਵ ਡਾਇਡ ਐਂਡ ਵੀ ਆਰ ਅਗੇਂਸਟ ਨਰਿੰਦਰ ਮੋਦੀ ਐਂਡ ਹਿਸ ਗਵਰਨਮੈਂਟ ਐਂਡ ਹਿਸ ਫੈਸਿਜ਼ਮ ਥੈਂਕ ਯੂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਜਿਹੜੇ ਨਵੇਂ ਖੇਤੀ ਕਾਨੂੰਨ ਨੇ ਕਿਸਾਨ ਜਿਹੜੇ ਨੇ ਲਗਾਤਾਰ ਅੰਦੋਲਨ ਕਰ ਰਹੇ ਨੇ ਦਿੱਲੀ ਬਾਰਡਰਾਂ ਤੇ ਬੈਠੇ ਹੋਏ ਨੇ ਪਰ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਹਾਂਜੀ ਇਹ ਦੇਖ ਲਓ ਤੁਸੀਂ 2 ਮਹੀਨੇ ਤੋਂ ਉੱਪਰ ਸਾਨੂੰ ਟਾਈਮ ਹੋ ਚੁੱਕਿਆ ਅਸੀਂ ਉੱਥੇ ਬੈਠੇ ਹਾਂ ਹੁਣ ਉੱਥੇ ਸਾਡੇ ਤੇ ਗੰਦੀ ਰਾਜਨੀਤੀ ਖੇਡ ਕੇ ਹਮਲੇ ਕਰਵਾਏ ਜਾ ਰਹੇ ਨੇ ਤੇ ਇਹ ਕਿਹਾ ਜਾ ਰਿਹਾ ਕਿ ਲੋਕਲ ਪੀਪਲ ਆ ਪਰ ਤੁਸੀਂ ਦੇਖ ਸਕਦੇ ਹੋ ਕਿ ਲੋਕਲ ਪੀਪਲ ਤੇ ਉਤਨੀ ਸਪੋਰਟ ਵਿੱਚ ਆ ਹੁਣ ਅਸੀਂ ਕਹਿੰਦੇ ਆ ਜਵਾਨ ਅਸੀਂ ਦਿੱਲੀ ਪੁਲਿਸ ਦੇ ਵੀ ਨਾਰੇ ਲਾ ਰਹੇ ਆ ਦਿੱਲੀ ਪੁਲਿਸ ਤੇ ਇਸ ਕਰਕੇ ਲਾ ਰਹੇ ਆ ਕਿ ਉਸ ਦਿਨ ਅਸੀਂ ਰਣਜੀਤ ਸਿੰਘ ਦੀ ਵੀਡੀਓ ਦੇਖੀ ਉਹਦੇ ਵਿੱਚ ਕੀ ਸੀਗਾ ਕਿ ਪੁਲਿਸ ਜੋ ਆਰਐਸ ਦੇ ਬੰਦੇ ਸੀਗੇ ਆਰਐਸ ਦੇ ਬੰਦੇ ਕਹੂੰਗੀ ਮੈਂ ਉਹਨਾਂ ਨੂੰ ਕੁਝ ਨਹੀਂ ਸੀ ਕਹਿ ਰਹੀ ਲੇਕਿਨ ਆਪਣੇ ਉੱਥੇ ਰਣਜੀਤ ਸਿੰਘ ਦੇ ਕਿਦਾਂ ਉਹਨੂੰ ਕੁੱਟਿਆ ਗਿਆ ਉੱਥੇ ਹੁਣ ਇੱਥੇ ਤੁਸੀਂ ਦੇਖ ਲਓ ਅਸੀਂ ਹੈਗੇ ਆ ਸਾਰੇ ਆਏ ਆ ਸਟੂਡੈਂਟਸ ਆ ਲੋਕਲ ਬੰਦੇ ਆ ਨਾਲ ਸਾਡੇ ਪੁਲਿਸ ਹੈ ਅਸੀਂ ਇਕੱਲੇ ਮਾਰਚ ਨਹੀਂ ਕਰ ਰਹੇ ਪੁਲਿਸ ਵੀ ਨਾਲ ਆ ਸਾਡੇ ਠੀਕ ਹੈ ਜੈ ਜਵਾਨ ਜੈ ਕਿਸਾਨ ਇਹ ਚੀਜ਼ ਸਰਕਾਰ ਨੂੰ ਸਮਝਣੀ ਚਾਹੀਦੀ ਹੈ ਜਿਹੜੀ ਚੀਜ਼ ਦੀ ਲੋੜ ਹੀ ਨਹੀਂ ਹੈ ਜਿਹੜੀ ਉੱਥੇ ਬੈਠੇ ਨੇ ਤੁਸੀਂ ਸਾਡੇ ਕੋਲ ਜਦੋਂ ਇਲੈਕਸ਼ਨਸ ਹੁੰਦੀਆਂ ਨੇ ਸਾਡੇ ਘਰਾਂ ਵਿੱਚ ਆਉਂਦੇ ਹੋ ਸਾਨੂੰ ਵੋਟ ਦਿਓ ਸਾਨੂੰ ਵੋਟ ਦਿਓ ਜੇ ਅਸੀਂ ਲੋਕਾਂ ਨੂੰ ਤੁਹਾਨੂੰ ਬਣਾਇਆ ਤਾਂ ਫਿਰ ਤੁਸੀਂ ਸਾਡਾ ਭਰੋਸਾ ਕਿੱਦਾਂ ਤੋੜ ਸਕਦੇ ਹੋ ਚੀਜ਼ ਕਰਕੇ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਵਾਪਸ ਲੈਣ ਦੀ ਗੱਲ ਨਹੀਂ ਕਿਤੇ ਵੀ ਕੀਤੀ ਜਾ ਰਹੀ ਪਲੇਟਫਾਰਮ ਅਮੈਂਡਮੈਂਟ ਦੀ ਗੱਲ ਉਹੀ ਤਾਂ ਗੱਲ ਹੈ ਅਸੀਂ ਪਹਿਲੇ ਦਿਨ ਤੋਂ ਹੀ ਚੀਜ਼ ਕਹਿ ਰਹੇ ਹਾਂ ਕਿ ਪਹਿਲੇ ਦਿਨ ਤੋਂ ਅਸੀਂ ਇੱਥੇ ਪੰਜਾਬ ਵਿੱਚ ਵੀ ਬੈਠੇ ਸੀਗੇ ਉਦੋਂ ਵੀ ਇਹ ਚੀਜ਼ ਕਹੀ ਗਈ ਕਿ ਅਮੈਂਡਮੈਂਟ ਅਸੀਂ ਨਹੀਂ ਕਰਨੀ ਅਸੀਂ ਇਹਨੂੰ ਰੱਦ ਕਰਨਾ ਹੈ ਪਤਾ ਨਹੀਂ ਸਰਕਾਰ ਦੇ ਕੰਨਾਂ ਵਿੱਚ ਕੀ ਵੜਿਆ ਹੋਇਆ ਕਿ ਉਹਨਾਂ ਨੂੰ ਇਹ ਚੀਜ਼ ਸਮਝ ਨਹੀਂ ਆ ਰਹੀ ਰੱਦ ਦਾ ਮਤਲਬ ਰੱਦ ਸ਼ਬਦ ਦਾ ਮਤਲਬ ਉਹਨਾਂ ਨੂੰ ਸਮਝਾਉਣਾ ਬਹੁਤ ਜ਼ਰੂਰੀ ਹੈ ਜਦੋਂ ਇੰਨੇ ਟਾਈਮ ਤੋਂ ਇੰਨੀਆਂ ਮੀਟਿੰਗਾਂ ਦੇ ਬਾਅਦ ਤੁਹਾਨੂੰ ਇਹ ਚੀਜ਼ ਕਹੀ ਜਾ ਰਹੀ ਹੈ ਕਿ ਨਹੀਂ ਅਸੀਂ ਅਮੈਂਡਮੈਂਟ ਨਹੀਂ ਕਰਨੀ ਅਸੀਂ ਰੱਦ ਕਰਨੀ ਹੈ ਤਾਂ ਫਿਰ ਤੁਸੀਂ ਕਿਉਂ ਨਹੀਂ ਸੁਣ ਰਹੇ ਮੈਨੂੰ ਇੱਕ ਰੀਜ਼ਨ ਦਿਓ ਤੁਸੀਂ ਕਿਉਂ ਨਹੀਂ ਸੁਣ ਰਹੇ ਜਦੋਂ ਇੰਨੇ ਲੋਕ ਇੰਨੀ ਆਵਾਮ ਸਿਰਫ ਇੰਡੀਆ ਨਹੀਂ ਬਾਹਰ ਵੀ ਇੰਡੀਆ ਦੇ ਇੰਨੇ ਲੋਕ ਜਦੋਂ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਤਾਂ ਕਿਉਂ ਨਹੀਂ ਸੁਣਿਆ ਜਾਂਦਾ ਐਂਡ ਆਲਸੋ ਕਿੰਨੇ ਲੋਕ ਨੇ ਜਿਹੜੇ ਲਾਪਤਾ ਹੋਣ ਜਿਹੜੇ ਲਾਪਤਾ ਹੋ ਚੁੱਕੇ ਨੇ ਐਂਡ ਹੁਣ ਜਿਹੜੀ ਮਨਦੀਪ ਪੁੰਨੀਆ ਨੂੰ ਅਰੈਸਟ ਕੀਤਾ ਗਿਆ ਯੂ ਆਰ ਆਲਸੋ ਜਰਨਲਿਸਟ ਤੁਸੀਂ ਵੀ ਜਰਨਲਿਸਟ ਹੋ ਤੁਸੀਂ ਆਪਣੀ ਡਿਊਟੀ ਕਰ ਰਹੇ ਹੋ ਉਹ ਵੀ ਆਪਣੀ ਡਿਊਟੀ ਕਰ ਰਹੇ ਸੀ ਪੀਸਫੁਲੀ ਕਵਰੇਜ ਕਰਕੇ ਉਹ ਪ੍ਰੋਟੈਸਟ ਦਾ ਹਿੱਸਾ ਨਹੀਂ ਸੀ ਪਰ ਫਿਰ ਵੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਵਾਈ ਤੁਸੀਂ ਡਿਊਟੀ ਵੀ ਨਹੀਂ ਹੋਈ ਸਾਡਾ ਫੰਡਾਮੈਂਟਲ ਰਾਈਟ ਹੈ ਕਿ ਆਪਾਂ ਪੀਸਫੁਲੀ ਪ੍ਰੋਟੈਸਟ ਕਰ ਸਕਦੇ ਹਾਂ ਤੁਹਾਡਾ ਬੀਇੰਗ ਜਰਨਲਿਸਟ ਤੁਹਾਡਾ ਰਾਈਟ ਹੈ ਕਿ ਤੁਸੀਂ ਯੂ نو ਯੂ ਹੈਵ ਦ ਫਰੀडम ਆਫ ਐਕਸਪ੍ਰੈਸ਼ਨ ਪਰ ਸਾਨੂੰ ਸਾਡੇ ਬੇਸਿਕ ਰਾਈਟਸ ਨੇ ਗਰੰਟੀ ਕੀਤੇ ਜਾ ਰਹੇ ਇਹ ਕਿਹੋ ਜਿਹਾ ਦੇਸ਼ ਹੈ ਕਿਹੋ ਜੀ ਸਰਕਾਰ ਹੈ ਇਹ ਡੈਮੋਕ੍ਰੇਸੀ ਨਹੀਂ ਹੁੰਦੀ ਹੈ ਡਿਕਟੇਟਰਸ਼ਿਪ ਹੁੰਦੀ ਹੈ ਇਹਨੂੰ ਤੁਸੀਂ ਡੈਮੋਕ੍ਰੇਸੀ ਨਹੀਂ ਕਹਿ ਸਕਦੇ ਕਿ ਅਗਰ ਕੋਈ ਜਰਨਲਿਸਟ ਕੋਈ ਸੱਚ ਦਿਖਾ ਰਿਹਾ ਹੈ ਤਾਂ ਤੁਸੀਂ ਉਹਨੂੰ ਚੱਕ ਲੋਗੇ ਤੁਸੀਂ ਉਹਦੇ ਪ੍ਰੋਟੈਸਟ ਸ਼ਾਂਤਮਈ ਤਰੀਕੇ ਨਾਲ ਬੈਠੇ ਤੁਸੀਂ ਉਹਨੂੰ ਚੱਕ ਲੋਗੇ ਜੇ ਕੋਈ ਤੇ ਹੁਣ ਅੱਜ ਸਵੇਰੇ ਦੇਖ ਰਹੇ ਸੀਗੇ ਕਿ ਉਹ ਪੱਕੇ ਬੈਰੀਕੇਡ ਲਗਾ ਰਹੇ ਨੇ ਸੀਮਟ ਦੇ ਨਾਲ ਉਹਦੇ ਕਿਲ ਖੜੇ ਕਰ ਰਹੇ ਨੇ ਕਿਸ ਚੀਜ਼ ਦਾ ਡਰ ਹੈ ਉਹਨਾਂ ਨੂੰ ਕਿਸ ਚੀਜ਼ ਦਾ ਡਰ ਦੱਸਣ ਨਾ ਫਿਰ ਡਰ ਹੈ ਤੇ ਕਿਸ ਚੀਜ਼ ਦਾ ਡਰ ਹੈ ਕਿ ਸੀਆਰਪੀਐਫ ਵੀ ਤਨਾਤ ਕਰ ਦਿੱਤੀ ਗਈ ਹਾਂਜੀ ਉਹੀ ਤਾਂ ਉਹਨਾਂ ਨੂੰ ਡਰ ਹੈ ਉਹਨਾਂ ਨੂੰ ਡਰ ਹੈ ਉਹ ਸਮਝਦੇ ਕਿ ਟੈਰਰਿਸਟ ਆ ਇਹਨਾਂ ਟੈਰਰਿਸਟ ਕੋਲੋਂ ਹੀ ਉਹ ਵੋਟਸ ਲੈਂਦੇ ਨੇ ਫਿਰ ਇਹਨਾਂ ਟੈਰਰਿਸਟ ਕੋਲੋਂ ਹੀ ਵੋਟਸ ਲੈਂਦੇ ਨੇ ਫਿਰ ਉਹ ਉੱਥੇ ਹੁਣ ਕਿਸ ਚੀਜ਼ ਦਾ ਡਰ ਹੈ ਉਹਨਾਂ ਨੂੰ ਕਿ ਉੱਥੇ ਕਿਲ ਖੜੇ ਕਰ ਰਹੇ ਨੇ ਉੱਥੇ ਕਿ ਟਰੈਕਟਰਸ ਨਾ ਆ ਸਕਣ ਬਹੁਤ ਗਲਤ ਚੀਜ਼ ਆ ਇਹ ਤੁਸੀਂ ਲੋਕਾਂ ਨੂੰ ਨਹੀਂ ਰੋਕ ਸਕਦੇ ਕਿਸੇ ਦੇ ਨਾਲ ਵੀ ਤੁਸੀਂ ਕਿਸੇ ਨੂੰ ਬੰਨ ਸਕਦੇ ਹੋ ਪਰ ਕਿਸੇ ਦੇ ਅੰਦਰੋਂ ਤੁਸੀਂ ਸਪੋਰਟ ਕਰਨ ਨੂੰ ਕਿਸੇ ਨੂੰ ਨਹੀਂ ਰੋਕ ਸਕਦੇ ਤੁਸੀਂ ਕਿਸੇ ਨੂੰ ਅੰਦਰੋਂ ਸਪੋਰਟ ਕਰਨ ਨੂੰ ਨਹੀਂ ਰੋਕ ਸਕਦੇ ਕਿਉਂਕਿ ਕਿਸਾਨ ਅੰਦੋਲਨ ਹੁਣ ਜਨ ਅੰਦੋਲਨ ਬੰਦਾ ਜਾ ਰਿਹਾ ਹਰ ਵਰਗ ਜਿਹੜਾ ਉਹ ਕਿਸਾਨਾਂ ਦੀ ਹਿਮਾਇਤ ਵਿੱਚ ਅੱਗੇ ਆ ਰਿਹਾ ਹੋਰ ਵੀ ਸਾਡੇ ਸਟੂਡੈਂਟ ਗੱਲਬਾਤ ਕਰਾਂਗੇ ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਮਾਰਚ ਕਰ ਮਾਰਚ ਅੱਜ ਕੱਢ ਰਹੇ ਹਾਂ ਜੋ ਸਾਡੇ ਦਿੱਲੀ ਬਜ਼ੁਰਗ ਬੈਠੇ ਆ ਉੱਥੇ ਬਹੁਤ ਸਾਰੇ ਬੈਠੇ ਸਾਡੇ ਜੋ ਜਿੰਨੇ ਪੰਜਾਬੀ ਸਾਰਾ ਹੁਣ ਉੱਥੇ ਵੀ ਜਾ ਰਿਹਾ ਅਸੀਂ ਇੱਥੇ ਉਹਨਾਂ ਦਾ ਹੌਸਲਾ ਵਧਾਉਂਦੇ ਹਾਂ ਅਤੇ ਬਾਕੀ ਜਿਹੜਾ ਆ ਗੋਦੀ ਮੀਡੀਆ ਜੋ ਸੱਚ ਦਿਖਾਉਂਦਾ ਨਹੀਂ ਆ ਠੀਕ ਹੈ ਜੋ 26 ਨੂੰ ਉੱਥੇ ਹੋਇਆ ਹੈ ਇਹਨਾਂ ਦੇ ਜਿਹੜੇ ਆਰਐਸਐਸ ਵਾਲੇ ਆ ਉਹਨਾਂ ਵਰਦੀਆਂ ਪਾ ਕੇ ਨਾ ਉਹਨਾਂ ਦੀ ਕੋਈ ਨੇਮ ਪਲੇਟ ਸੀ ਜੋ 2 ਵੀਰ ਆ ਇੱਕ ਜਗਸੀਰ ਸਿੰਘ ਪੰਧੇਰ ਬਰਨਾਲੇ ਤੋਂ ਇੱਕ ਰਣਜੀਤ ਸਿੰਘ ਨਵੇਂਸ਼ਹਿਰ ਤੋਂ ਦੋਵਾਂ ਦੇ ਜਿਨ੍ਹਾਂ ਦੀ ਇੱਕ ਫੋਟੋ ਵਾਇਰਲ ਹੋ ਰਹੀ ਆ ਠੀਕ ਆ ਉਹਨਾਂ ਨੂੰ ਵੀ ਅਰੈਸਟ ਕੀਤਾ ਗਿਆ 43 ਜਣੇ ਅਰੈਸਟ ਕੀਤੇ ਆ ਦੋਵਾਂ ਦੇ ਯੂਏਪੀ ਧਾਰਾ ਲਗਾਉਣ ਦੇ ਦੇਸ਼ ਧਰੋਈ ਦੀ ਉਹਨਾਂ ਦ੍ਰਿਸ਼ ਤੋਂ ਹੀ ਆ ਕੋਈ ਕੰਮ ਕੀਤਾ ਨਹੀਂ ਆ
ਜੇ ਅਸੀਂ ਕਿਸਾਨ ਆ ਕਿਸਾਨ ਦੇ ਵਿੱਚ ਮਾਰਚ ਕੱਢਣ ਦੇ ਜਾਂ ਉੱਥੇ ਅੰਦੋਲਨ 'ਚ ਬੈਠੇ ਹਾਂ ਅਤੇ ਫਿਰ ਇਹ ਦੇਸ਼ ਧਰੋਈ ਦੇ ਅਸੀਂ ਵਿਰੋਧ ਥੋੜ੍ਹਾ ਜਾਣਦੇ ਹਾਂ ਅਸੀਂ ਮਾਰਚ ਅੱਜ ਮਾਰਚ ਕਿੱਥੇ ਕਿੱਥੇ ਕੱਢ ਰਹੇ ਹੋ ਮਾਰਚ ਅਸੀਂ ਖਾਲਸਾ ਕਾਲਜ ਤੋਂ ਲੈ ਕੇ ਯੂਨੀਵਰਸਿਟੀ ਦੇ ਬਾਹਰ ਆ ਹੁਣ ਕਬੀਰ ਪਾਰਕ ਤੋਂ ਹੁੰਦੇ ਫਿਰ ਇੱਥੇ ਲਾਗੇ ਕਾਲਜ ਦੇ ਸਟੂਡੈਂਟ ਆ ਯੂਨੀਵਰਸਿਟੀ ਦੇ ਆ ਬਾਕੀ ਅਸੀਂ ਬਾਹਰੋਂ ਵੀ ਜਿਹੜੇ ਚਾਹਵਾਨ ਸੀ ਉਹ ਵੀ ਆਏ ਨੇ ਡਿਮਾਂਡ ਕੀ ਮੋਦੀ ਸਰਕਾਰ ਤੋਂ ਡਿਮਾਂਡ ਕੀ ਡਿਮਾਂਡ ਇਹ ਹੋਈ ਆ ਵੀ ਬਿੱਲ ਵਾਪਸ ਲਓ ਡਿਮਾਂਡ ਇਹ ਹੋਈ ਆ ਜੇ ਵਾਪਸ ਲਓ ਜਦੋਂ ਸਾਨੂੰ ਜਿਹੜਾ ਸਾਡੀਆਂ ਜ਼ਮੀਨਾਂ ਜਦੋਂ ਸਾਨੂੰ ਚਾਹੀਦੇਣੀ ਆ ਅਤੇ ਫਿਰ ਹੁਣ ਧੱਕੇ ਨਾਲ ਆਪਾਂ ਕਿਸੇ ਨੂੰ ਚੀਜ਼ ਤਾਂ ਦੇ ਸਕਦੇ ਜੋ ਸਾਰਾ ਅੱਗੇ ਦੇ ਪੰਜਾਬ ਹਰਿਆਣਾ ਨਾਲ ਹੀ ਹੁਣ ਤਾਂ ਸਾਰਾ ਜੋ ਰਾਜਸਥਾਨ ਯੂਪੀ ਬਿਹਾਰ ਸਾਰੇ ਆ ਗਏ ਕਿਉਂਕਿ ਯੂਪੀ 'ਚ ਪਹਿਲਾਂ ਵੀ ਇਹਨਾਂ ਐਮਐਸਟੀ ਬੰਦ ਕੀਤੀ ਸੀ ਅਤੇ ਯੂਪੀ ਵਾਲੇ ਜੇ ਇੱਥੇ ਆਣ ਕੇ ਦਿਹਾੜੀਆਂ ਕਰਦੇ ਆ ਤਾਂ ਇਹ ਚਾਹੁੰਦੇ ਅਸੀਂ ਵੀ ਦਿਹਾੜੀਆਂ ਕਰੀਏ ਅਤੇ ਦਿਹਾੜੀਆਂ ਪੰਜਾਬੀ ਜਿਹੜੇ ਆ ਇੱਥੇ 3 ਮਹੀਨੇ ਹੋ ਗਏ ਅੱਜ 2 ਮਹੀਨੇ ਹੋ ਗਏ ਅਤੇ ਅੱਜ 69ਵਾਂ ਦਿਨ ਆ ਉੱਥੇ 69ਵਾਂ ਦਿਨ ਆ ਅਤੇ ਜਿਹੜੇ ਉੱਥੇ ਬੈਠੇ ਆ ਉਹਨੂੰ ਭਾਵੇਂ 6 ਮਹੀਨੇ ਬਹਿਣਾ ਪਵੇ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਉੱਠਣ ਵਾਲੇ ਨਹੀਂ ਆ ਫਿਰ ਇਹ ਉੱਥੇ ਜਾ ਕੇ ਆਪਣੇ ਬੰਦੇ ਭੇਜਦੇ ਆਰ ਐਸ ਐਸ ਦੇ ਬੰਦੇ ਜਾਂਦੇ ਉੱਥੇ ਜਿਹੜਾ ਮਾਹੌਲ ਖਰਾਬ ਕਰਨ ਦੇ ਆ ਕੋਈ ਪੁਲਿਸ ਦੀਆਂ ਵਰਦੀਆਂ ਝੂਠੀਆਂ ਪਾ ਰਹੇ ਆ ਸਟੂਡੈਂਟ ਦਾ ਇੰਪੈਕਟ ਪਊਗਾ ਜਿਹੜੀਆਂ ਗਾਂ ਤੋਂ ਜਿਹੜੀਆਂ ਇਹਨਾਂ ਦਾ ਤਾਂ ਬਾਈਕਾਟ ਆ ਹੁਣ ਜਿਹੜੀ ਬੀਜੇਪੀ ਇਹਨਾਂ ਦਾ ਬਾਈਕਾਟ ਆ ਜਿਹੜੇ ਜੋ ਜਨਰਲ ਜਿਹੜੀ ਜਨਰੇਸ਼ਨ ਆ ਨਿਊ ਜਨਰੇਸ਼ਨ ਆ ਇਹ ਮਤਲਬ ਨਾਲ ਤੁਰਨ ਦੀ ਆ ਸਾਰੀ ਸਾਰੇ ਹੁਣ ਦਿੱਲੀ ਜਿਹੜੇ ਨਹੀਂ ਵੀ ਜਾ ਸਕਦਾ ਉਹ ਇੱਥੇ ਆਪਾਂ ਮਾਰਚ ਕੱਢਣ ਦੇ ਆ ਵੀ ਜਿਹੜਾ ਨਹੀਂ ਵੀ ਇਹ ਸਨ ਖਾਲਸਾ ਕਾਲਜ ਦੇ ਸਟੂਡੈਂਟ ਵਿਦਿਆਰਥੀ ਜਿਹੜੇ ਕਿ ਅੱਜ ਕਿਸਾਨਾਂ ਦੀ ਹਿਮਾਇਤ ਵਿੱਚ ਰੋਡ ਮਾਰਚ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਲਗਾਤਾਰ ਕਿਸਾਨ ਜਿਹੜੇ ਨੇ ਪਿਛਲੇ 70 ਦਿਨਾਂ ਤੋਂ ਦਿੱਲੀ ਬਾਰਡਰ 'ਤੇ ਡਟੇ ਹੋਏ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਖਾਰਜ ਕਰਵਾਉਣ ਵਾਸਤੇ ਦੂਜੇ ਪਾਸੇ ਹਰ ਕੋਨੇ ਤੋਂ ਦੇਸ਼ ਦੇ ਹਰ ਕੋਨੇ ਤੋਂ ਜਿਹੜਾ ਕਿ ਉਹਨਾਂ ਨੂੰ ਸਮਰਥਨ ਮਿਲ ਰਿਹਾ ਔਰ ਅੱਜ ਜਿਹੜਾ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਵੱਡੀ ਗਿਣਤੀ ਵਿੱਚ ਖਾਲਸਾ ਕਾਲਜ ਦੇ ਸਟੂਡੈਂਟਸ ਨੇ ਜਿਹੜੇ ਕਿ ਸੜਕਾਂ 'ਤੇ ਉਤਰੇ ਹੋਏ ਨੇ ਔਰ ਲਗਾਤਾਰ ਕਿਸਾਨ ਜਿਹੜੇ ਅੰਦੋਲਨ ਨੇ ਕਿਸਾਨਾਂ ਦੀ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾ ਰਿਹਾ ਔਰ ਇਹੀ ਮੰਗ ਕੀਤੀ ਜਾ ਰਹੀ ਹੈ ਵੀ ਜਿਹੜੇ ਇਹ ਕਾਨੂੰਨ ਨੇ ਇਹ ਖਾਰਜ ਕੀਤੇ ਜਾਣ ਤਾਂ ਜੋ ਦੇਸ਼ ਅੰਦਰ ਜੋ ਅਰਾਜਕਤਾ ਮਾਹੌਲ ਬਣਿਆ ਹੋਇਆ ਔਰ ਦੇਸ਼ ਜਿਹੜਾ ਲਗਾਤਾਰ ਗੁੱਸੇ ਵਿੱਚ ਹੈ ਹਰ ਕੋਈ ਗੁੱਸੇ ਵਿੱਚ ਹੈ ਔਰ ਉਸਦਾ ਨਾਲ ਗੁੱਸਾ ਜਿਹੜਾ ਸ਼ਾਂਤ ਕੀਤਾ ਜਾ ਸਕੇ ਕਿਉਂਕਿ ਲਗਾਤਾਰ ਕਿਸਾਨ ਜਿਹੜੇ ਨੇ ਉਹਨਾਂ ਦੀ ਬਾਰਡਰਾਂ 'ਤੇ ਮੌਤ ਵੀ ਜਿਹੜੀ ਉਹ ਹੁੰਦੀ ਜਾ ਰਹੀ ਹੈ ਕੈਮਰਾ ਪਰਸਨ ਮੁਕੇਸ਼ ਬਾਬਾ ਨਾਲ ਸਿਕੰਦਰ ਪਸੀਚਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to saavdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free Mia Rafiq Mohammed mobile 84374 94647 84374 94648